ਹਾਜ਼ਰ ਹੋ ਗਏ ਹਾਂ ਜੀ ਮੈਂ ਖੁਸ਼ਬੀਰ ਸਿੱਧੂ ਦਰਸ਼ਕਾਂ ਦੀ ਖਿਦਮਤ ਦੇ ਵਿੱਚ ਲੈ ਕੇ ਸਿਲਸਿਲਾ ਕਿਵੇਂ ਚਾਹੀਏ ਪਰਦੇਸ ਅਤੇ ਇਹ ਸਿਲਸਿਲਾ ਦਰਸ਼ਕਾਂ ਦੀ ਖਿਦਮਤ 'ਚ ਲੈ ਕੇ ਆਉਂਦੇ ਨੇ ਜੀ ਪਿਨਾਕਲ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਕੰਸਲਟਿੰਗ ਪ੍ਰਾਈਵੇਟ ਲਿਮਿਟਡ ਬਠਿੰਡਾ। ਇਸ ਸਿਲਸਿਲੇ ਦੇ ਤਹਿਤ ਮਾਹਰ ਮਿਸਟਰ ਪਰਮਿੰਦਰ ਸਿੰਘ ਜੀ ਪ੍ਰੋਗਰਾਮ ਦੇ ਵਿੱਚ ਹਾਜ਼ਰ ਰਹਿੰਦੇ ਨੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦੇਣ ਦੇ ਲਈ ਕਿ ਕਿਸ ਮੁਲਕ ਦੇ ਵਿੱਚ ਕਦੋਂ ਕਦੋਂ ਕਿਵੇਂ ਕਿਵੇਂ ਕਿਹੜੇ ਕਿਹੜੇ ਦਸਤਾਵੇਜ਼ ਦੀ ਮਦਦ ਦੇ ਨਾਲ ਜਾਇਆ ਜਾ ਸਕਦਾ ਹੈ। ਤਾਂ ਆਓ ਜੀ ਫਿਰ ਸਵਾਗਤ ਕਰਦੇ ਹਾਂ ਪਿਨਾਕਲ ਵੱਲੋਂ ਪਹੁੰਚੇ ਮਹਿਮਾਨ ਮਾਹਰ ਮਿਸਟਰ ਪਰਮਿੰਦਰ ਸਿੰਘ ਜੀ ਦਾ। ਸਤਿ ਸ਼੍ਰੀ ਅਕਾਲ ਪਰਮਿੰਦਰ ਸਿੰਘ ਜੀ, ਸਾਰੇ ਦਰਸ਼ਕਾਂ ਵੱਲੋਂ ਅਤੇ ਮੇਰੇ ਖੁਸ਼ਬੀਰ ਸਿੱਧੂ ਵੱਲੋਂ ਜੀ। ਅਤੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਇਹ ਸਿਲਸਿਲਾ ਆਉਂਦਾ, ਕਿਉਂਕਿ ਜਾਣਕਾਰੀ ਹੈ ਜਿਹੜੀ ਉਹ ਢੁਕਵੀਂ ਮਿਲ ਜਾਂਦੀ ਹੈ, ਕਿਉਂਕਿ ਇੱਕ ਮੌਕਾ ਹੁੰਦਾ ਜਦੋਂ ਬਹੁਤ ਸਾਰੇ ਸਟੂਡੈਂਟਸ ਆ ਉਹ ਚਾਹੁੰਦੇ ਹੁੰਦੇ ਨੇ ਕਿ ਉਹਨਾਂ ਨੂੰ ਕੋਈ ਸਹੀ ਰਾਹ ਪਾਵੇ। ਵੈਸੇ ਤਾਂ ਜ਼ਿੰਦਗੀ ਦਾ ਜਿਹੜਾ ਇਹ 12ਵੀਂ ਤੋਂ ਬਾਅਦ ਦਾ ਮੋੜ ਹੈ ਜਾਂ ਫਿਰ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਦਾ ਜਿਹੜਾ ਰਸਤਾ ਅਸੀਂ ਤੈਅ ਕਰਨਾ ਹੁੰਦਾ, ਉਹ ਥੋੜ੍ਹਾ ਜਿਹਾ ਸੰਭਲ ਸੰਭਲ ਕੇ ਤੈਅ ਕਰਨਾ ਹੀ ਬਣਦਾ, ਜਿਸ ਦੇ ਵਿੱਚ ਸਹਿਯੋਗ ਕਾਫੀ ਜਣਿਆਂ ਦਾ ਰਹਿੰਦਾ, ਸਟੂਡੈਂਟ ਦਾ ਖੁਦ ਦਾ ਵੀ ਰਹਿੰਦਾ, ਉਹਦੇ ਪੇਰੈਂਟਸ ਦਾ ਵੀ ਰਹਿੰਦਾ ਅਤੇ ਉਸ ਤੋਂ ਇਲਾਵਾ ਜਿਹੜਾ ਉਸਨੂੰ ਗਾਈਡ ਕਰਦਾ ਉਹਦਾ ਮੈਂਟਰ ਹੁੰਦਾ। ਪਰ ਅੱਜ ਕੱਲ੍ਹ ਹੈ ਜਿਹੜੀ ਸਥਿਤੀ ਹੋਰ ਹੈ, ਆਪਾਂ ਨੂੰ ਪਤਾ ਕਿ ਅਸੀਂ ਆਪਣੇ ਮੁਲਕ ਦੇ ਵਿੱਚ ਪੜ੍ਹਾਈ ਨਹੀਂ ਕਰ ਰਹੇ, ਸਾਡਾ ਮਨ ਕਰਦਾ ਕਿ ਅਸੀਂ ਇੰਟਰਨੈਸ਼ਨਲ ਐਕਸਪੋਜ਼ਰ ਲਈਏ, ਅਸੀਂ ਬਾਹਰ ਜਾ ਕੇ ਪੜ੍ਹਾਈ ਕਰੀਏ। ਤਾਂ ਜਿਵੇਂ ਕਿ ਤੁਹਾਡੀ ਕੰਪਨੀ ਹੈ ਇਹ, ਦਰਸ਼ਕੋ ਮੈਂ ਦੱਸਣਾ ਚਾਹੂੰਗੀ ਪਿਨਾਕਲ ਬਾਰੇ, ਪਿਛਲੇ 4 ਸਾਲਾਂ ਤੋਂ ਸੇਵਾਵਾਂ ਦੇ ਰਿਹਾ ਬਠਿੰਡਾ ਦੇ ਵਿੱਚ। ਤਾਂ ਮਿਸਟਰ ਪਰਮਿੰਦਰ ਸਿੰਘ ਜੀ ਨੇ ਖੁਦ ਇੱਥੇ ਬਠਿੰਡਾ ਦੇ ਆਫਿਸ ਦੇ ਵਿੱਚ ਮੌਜੂਦ ਰਹਿ ਕੇ ਬਠਿੰਡਾ ਅਤੇ ਇਹਦੇ ਨਾਲ ਲੱਗਦੇ ਇਲਾਕਿਆਂ ਵੱਲੋਂ ਘੱਟੋ ਘੱਟ 300 ਵੀਜ਼ਾਜ਼ ਹੈ ਜਿਹੜੇ ਉਹ ਹੁਣ ਤੱਕ ਲਵਾ ਦਿੱਤੇ ਨੇ, ਅਤੇ ਰਿਜੈਕਸ਼ਨ ਤਾਂ ਇਹਨਾਂ ਤੋਂ ਹੀ ਜਾਣਾਂਗੇ ਕਿ ਕਿੰਨੀ ਕੁ ਆਉਂਦੀ ਹੈ, ਹੈ ਨਾ। ਤਾਂ ਜਾਣਕਾਰੀ ਹੈ ਜਿਹੜੀ ਉਹ ਜ਼ਰੂਰ ਬਣਦੀ ਹੈ ਜੀ ਇਸ ਮੌਕੇ 'ਤੇ। ਤਾਂ ਇੱਕ ਵਾਰੀ ਆਪਣੀ ਜ਼ਬਾਨੋਂ ਸਾਰੇ ਦਰਸ਼ਕਾਂ ਨੂੰ ਇਹ ਦੱਸ ਦਿਓ ਕਿ ਪਿਨਾਕਲ ਦੀਆਂ ਜਿਹੜੀਆਂ ਮੁੱਖ ਸਰਵਿਸਿਜ਼ ਨੇ, ਖਾਸ ਤੌਰ 'ਤੇ ਜਿਹੜਾ ਬਠਿੰਡਾ ਵਾਲਾ ਆਫਿਸ ਹੈ, ਇਸ ਨੂੰ ਤੁਸੀਂ ਲਿੰਕ ਅਪ ਕਰਕੇ ਆਪਣੇ ਮੇਨ ਹੈੱਡ ਆਫਿਸ ਜਲੰਧਰ ਦੇ ਨਾਲ ਕਿਹੜੀਆਂ ਕਿਹੜੀਆਂ ਸਰਵਿਸਿਜ਼ ਇੱਥੇ ਪ੍ਰੋਵਾਈਡ ਕਰਵਾ ਦਿੰਦੇ ਹੋ? ਬਿਲਕੁਲ ਜੀ, ਸਾਡਾ ਇਹ ਆਫਿਸ 2014 ਦੀ ਐਸਟੈਬਲਿਸ਼ਮੈਂਟ ਹੈ ਜੀ। ਅਸੀਂ ਕਈ ਪਹਿਲੇ ਵੀ ਪ੍ਰੋਗਰਾਮਸ ਵਿੱਚ ਇਹ ਦੱਸ ਚੁੱਕੇ ਹੈਗੇ ਹਾਂ ਜੀ। ਤਾਂ 2014 ਤੋਂ ਲੈ ਕੇ ਅੱਜ 18 ਹੋ ਗਈ ਹੈਗੀ, 4 ਸਾਲਾਂ ਦੇ ਵਿੱਚ ਕਾਫੀ ਸਕਸੈਸ ਸਟੋਰੀਜ਼ ਨੇ, ਕਾਫੀ ਸਟੂਡੈਂਟਸ ਬਾਹਰ ਜਾ ਚੁੱਕੇ ਆ ਅਲੱਗ ਅਲੱਗ ਦੇਸ਼ਾਂ ਦੇ ਵਿੱਚ। ਔਰ ਜਿਹੜਾ ਜਲੰਧਰ ਦਾ ਆਫਿਸ ਹੈਗਾ, ਉੱਥੇ ਫਾਈਲ ਭੇਜਣ ਦਾ ਜਾਂ ਉੱਥੇ ਫਾਈਲ ਨੂੰ ਰੂਟ ਆਊਟ ਕਰਨ ਦਾ ਫਾਇਦਾ ਇਹ ਹੈ ਕਿ ਉੱਥੇ ਜਾ ਕੇ ਫਾਈਲ ਨੂੰ ਹੁੰਦਾ ਹੈ ਕ੍ਰੋਸ ਚੈਕਿੰਗ। ਠੀਕ ਹੈ ਜੀ। ਉਹਦੇ ਵਿੱਚ ਜੋ ਗਲਤੀਆਂ ਨਿਕਲਦੀਆਂ ਨੇ ਉਹਨੂੰ ਸੌਟ ਆਊਟ ਕਰਕੇ ਫਿਰ ਫਾਈਲ ਨੂੰ ਹਾਈ ਕਮਿਸ਼ਨ ਦੇ ਵਿੱਚ ਭੇਜਿਆ ਜਾਂਦਾ ਹੈ, ਜਿਹਦੇ ਨਾਲ ਸਕਸੈਸ ਰੇਸ਼ੀਓ ਸਟੂਡੈਂਟ ਦੀ ਆਪਣੇ ਆਪ ਜਿੱਥੇ 80% ਚਾਂਸ ਹੈ ਉੱਥੇ 90% ਦੀ ਰੇਂਜ ਵਿੱਚ ਆਪਾਂ ਆ ਜਾਂਦੇ ਹਾਂ। ਕਹਿਣ ਤੋਂ ਭਾਵ ਇਹ ਹੈ ਕਿ ਜੇਕਰ ਇੱਕ ਵਾਰੀ ਫਾਈਲ ਦਰਸ਼ਕੋ ਇੱਥੇ ਲੈਂਦੇ ਨੇ ਤਾਂ ਪਹਿਲੀ ਗੱਲ ਤਾਂ ਇਹਨਾਂ ਦਾ ਸਟਾਫ ਇੱਥੇ ਫਾਈਲ ਨੂੰ ਚੈੱਕ ਕਰਦਾ, ਉਸ ਤੋਂ ਬਾਅਦ ਇਸ ਫਾਈਲ ਨੂੰ ਇਹ ਡਾਇਰੈਕਟ ਕਰਦੇ ਨੇ, ਜਾਣੀ ਕਿ ਭੇਜਦੇ ਨੇ ਜਲੰਧਰ ਵਿਖੇ। ਤਾਂ ਉੱਥੋਂ ਜਲੰਧਰ ਤੋਂ ਜਦੋਂ ਉਹ ਫਾਈਲ ਚੈੱਕ ਹੁੰਦੀ ਹੈ ਤਾਂ ਜੇਕਰ ਉਹਦੇ ਵਿੱਚ ਕੋਈ ਊਣਤਾਈ ਹੈ, ਗਲਤੀ ਹੈ ਜਾਂ ਫਿਰ ਉਹਦੇ ਵਿੱਚ ਕੋਈ ਪ੍ਰੋਬਲਮ ਹੈ, ਐਂ ਲੱਗਦਾ ਕਿ ਸ਼ਾਇਦ ਵੀਜ਼ਾ ਰਿਫਿਊਜ਼ ਨਾ ਹੋ ਜਾਵੇ, ਤਾਂ ਉਹ ਵਾਪਸ ਬਠਿੰਡੇ ਪਹਿਲਾਂ ਹੀ ਭੇਜ ਦਿੱਤੀ ਜਾਂਦੀ ਹੈ ਕਿ ਬਾਅਦ 'ਚ ਪੈਸੇ ਨਾ ਕੱਟੇ ਜਾਣ ਕਿਸੇ ਕਿਸਮ ਦੇ। ਬੇਸਿਕਲੀ ਮੈਮ, ਸਾਡੇ ਸਟਾਫ ਨੂੰ ਉਵੇਂ ਟ੍ਰੇਨ ਕੀਤਾ ਗਿਆ ਹੈ, ਟ੍ਰੇਨਿੰਗ ਹੀ ਇਸ ਤਰ੍ਹਾਂ ਦੀ ਕਿ ਜਦ ਵੀ ਸਟਾਫ ਮੈਂਬਰ ਫਾਈਲ ਨੂੰ ਅਸੈਸ ਕਰਦਾ ਹੈ ਜੀ, ਮੇਰੇ ਤੱਕ ਵੀ ਉਹ ਕੇਸ ਤਾਂ ਪਹੁੰਚਾਇਆ ਜਾਂਦਾ ਹੈ ਜਿਹਦੇ ਵਿਚਕਾਰ ਹਾਂ ਵੀ ਇਹ ਕੇਸ ਨੂੰ ਆਪਾਂ ਲੌਗਇਨ ਕਰਨਾ, ਨਹੀਂ ਤਾਂ ਨਾ ਕਹਿਣਾ ਆਉਂਦਾ ਹੈ, ਜਾਂ ਬੱਚੇ ਨੂੰ ਅਦਾਇ ਦਿੱਤੀ ਜਾਂਦੀ ਹੈ ਵੀ ਤੇਰੇ ਇਹ ਸਕੋਰਿੰਗ ਘੱਟ ਹੈ ਜਾਂ ਇਹ ਕਮੀਆਂ ਹੈਗੀਆਂ ਨੇ, ਇਹਨਾਂ ਨੂੰ ਦੂਰ ਕਰੋ ਫਿਰ ਵਾਪਸ ਆਓ। ਕਿਉਂਕਿ ਜਿਵੇਂ ਹੁਣ ਅੱਜ ਆਪਾਂ ਜ਼ਿਕਰ ਕਰ ਰਹੇ ਹਾਂ ਆਸਟ੍ਰੇਲੀਆ ਦਾ, ਤਾਂ ਮੈਂ ਚਾਹੁੰਦਾ ਪ੍ਰੋਗਰਾਮ ਦੇ ਵਿੱਚ ਆਸਟ੍ਰੇਲੀਆ ਨੂੰ ਅਗਰ ਆਪਾਂ ਮੱਦੇਨਜ਼ਰ ਰੱਖਦੇ ਹੋਏ ਗੱਲ ਕਰੀਏ ਕਿ ਆਸਟ੍ਰੇਲੀਆ 'ਚੋਂ ਇੱਕ ਵਾਰ ਫਾਈਲ ਰਿਫਿਊਜ਼ ਹੋ ਜਾਂਦੀ ਹੈ ਫਿਰ ਵੀਜ਼ਾ ਲੈਣਾ ਬਹੁਤ, ਮੈਂ ਤਾਂ ਉਹ ਰੀਅਪਲਾਈ ਕਰਨਾ ਹੀ ਨਹੀਂ ਪਸੰਦ ਕਰਦਾ, ਉਹਦੇ 'ਚ ਬੱਚੇ ਦਾ ਨੁਕਸਾਨ ਬਹੁਤ ਹੈ ਜੀ। ਤਾਂ ਫਿਰ ਮੇਰੇ ਸਮਝ ਦੇ ਵਿੱਚ ਇਹ ਗੱਲ ਆਈ ਹੈ ਕਿ ਜਦੋਂ ਵੀ ਅਸੀਂ ਬਾਹਰ ਜਾਣ ਵਾਸਤੇ ਮਨ ਬਣਾਉਂਦੇ ਹਾਂ ਪੜ੍ਹਾਈ ਕਰਨ ਵਾਸਤੇ, ਤਾਂ ਪਹਿਲਾਂ ਜਿਹੜਾ ਮੁਲਕ ਹੈ ਉਹ ਸੋਚ ਸਮਝ ਕੇ ਦੇਖੀਏ, ਅਤੇ ਜਿਹੜਾ ਕੋਰਸ ਹੈ ਉਹ ਵੀ ਸੋਚ ਸਮਝ ਕੇ ਚੁਣੀਏ, ਅਤੇ ਨਾਲ ਹੀ ਜਿਵੇਂ ਤੁਸੀਂ ਗੱਲ ਆਸਟ੍ਰੇਲੀਆ ਦੀ ਕਰ ਲਈ, ਤਾਂ ਫਿਰ ਜਾਣਕਾਰੀ ਤਾਂ ਪਹਿਲਾਂ ਬਹੁਤ ਜ਼ਰੂਰੀ ਹੈ ਇਸ ਤੋਂ ਪਹਿਲਾਂ ਕਿ ਆਪਾਂ ਆਪਣਾ ਬੱਚਾ ਹੀ ਬਾਹਰ ਭੇਜ ਦਈਏ। ਤਾਂ ਬਹੁਤ ਵਧੀਆ ਜੀ ਇਹ ਤੁਸੀਂ ਜਿਹੜਾ ਸਿਲਸਿਲਾ ਉਲੀਕਿਆ ਕਿਵੇਂ ਚਾਹੀਏ ਪਰਦੇਸ। ਤਾਂ ਮੈਂ ਇੱਕ ਨੰਬਰ ਹੈ ਜਿਹੜਾ ਸਕਰੀਨਸ ਦੇ ਉੱਤੇ ਡਿਸਪਲੇ ਵੀ ਹੁੰਦਾ ਰਹਿੰਦਾ ਸਾਰੇ ਸ਼ੋਅ ਦੇ ਦੌਰਾਨ, ਤਾਂ ਇਸ ਦੇ ਉੱਤੇ ਤੁਸੀਂ ਮਿਸ ਕਾਲ ਦੇ ਸਕਦੇ ਹੋ ਦਰਸ਼ਕੋ। ਤਾਂ ਮਿਸ ਕਾਲ ਦਿਓ ਤੁਸੀਂ 85579 85579 'ਤੇ, ਮਿਸਟਰ ਪਰਮਿੰਦਰ ਸਿੰਘ ਜੀ ਖੁਦ ਅਟੈਂਡ ਕਰਨਗੇ ਜੇਕਰ ਤੁਸੀਂ ਕਾਲ ਕਰੋਗੇ ਜਾਂ ਫਿਰ ਮੈਸੇਜ ਡਰੋਪ ਕਰੋਗੇ। ਨੰਬਰ ਨੋਟ ਕਰੋ 8557985579, ਕਿਉਂਕਿ ਇਸੇ ਹੀ ਨੰਬਰ ਜ਼ਰੀਏ ਤੁਸੀਂ ਮਿਸਟਰ ਪਰਮਿੰਦਰ ਸਿੰਘ ਜੀ ਨਾਲ ਵਟਸਐਪ 'ਤੇ ਵੀ ਐਡ ਹੋਣਾ, ਅਤੇ ਹੋਰ ਜਾਣਕਾਰੀ ਹੈ ਜਿਹੜੀ, ਜਾਣੀ ਕਿ ਤੁਸੀਂ ਅਪਡੇਟ ਹੋਣਾ ਚਾਹੁੰਦੇ ਹੋ ਜਦੋਂ ਵੀ, ਤਾਂ ਅਪਡੇਟ ਹੋ ਸਕਦੇ ਹੋ ਕਿਉਂਕਿ ਮਿਸਟਰ ਪਰਮਿੰਦਰ ਸਿੰਘ ਜੀ ਤੁਹਾਡੇ ਨਾਲ ਲਿੰਕਅਪ ਰੱਖਣਗੇ। ਗੱਲ ਚੱਲ ਰਹੀ ਹੈ ਕਿਵੇਂ ਚਾਹੀਏ ਪਰਦੇਸ ਦੇ ਵਿੱਚ ਅੱਜ ਆਸਟ੍ਰੇਲੀਆ ਦੀ। ਪਹਿਲਾਂ ਤਾਂ ਤੁਸੀਂ ਇਸੇ 'ਚ ਸਾਨੂੰ ਚਿੰਤਾ 'ਚ ਪਾਤਾ ਕਿ ਇੱਕ ਵਾਰੀ ਜੇ ਰਿਫਿਊਜ਼ ਹੋ ਗਿਆ
ਤਾਂ ਦੁਬਾਰਾ ਮੁਸ਼ਕਿਲ ਹੈ ਆਸਟ੍ਰੇਲੀਆ। ਬਿਲਕੁਲ ਜੀ। ਪਰ ਹੁਣ ਅਸੀਂ ਪਹਿਲੀ ਵਾਰੀ ਹੀ ਸੰਭਲ ਸੰਭਲ ਕੇ ਚੱਲਣਾ ਚਾਹੁੰਦੇ ਹਾਂ। ਐਟ ਪ੍ਰੈਜੈਂਟ ਇਨਟੇਕਸ ਦੱਸੋ ਕਿ ਕਦੋਂ ਕਦੋਂ ਹੈ। ਹੁਣ ਅਸੀਂ 2018 ਦੇ ਵਿੱਚ ਹਾਂ ਤਾਂ ਕਦੋਂ ਕਦੋਂ ਆਸਟ੍ਰੇਲੀਅਨ ਇਨਟੇਕਸ ਹੈਗੇ ਨੇ, ਯਾਨੀ ਕਿ ਸਟੂਡੈਂਟਸ ਜਿਹੜੇ 10+2 ਕਰ ਰਹੇ ਨੇ ਜਾਂ ਫਿਰ ਜਿਹੜੇ ਗ੍ਰੈਜੂਏਸ਼ਨ ਦੇ ਵਿੱਚ ਨੇ ਉਹ ਜਾ ਸਕਦੇ ਨੇ ਕੰਪਲੀਟ ਕਰਕੇ? ਬਿਲਕੁਲ ਜੀ, ਜਿਹੜੇ ਇਹਦੇ ਸਾਲ 'ਚ 3 ਇਨਟੇਕਸ ਹੁੰਦੇ ਹੈ, ਇੱਕ ਤਾਂ ਜੁਲਾਈ ਇਨਟੇਕ ਹੈ, ਇੱਕ ਨਵੰਬਰ ਹੈ, ਇੱਕ ਫੈਬਰੀ ਹੈ ਜੀ। ਤਾਂ ਨਵੰਬਰ ਇਨਟੇਕ ਨੂੰ ਆਪਾਂ ਪਿਚ ਕਰ ਸਕਦੇ ਹਾਂ। ਜੁਲਾਈ ਲਈ ਆਪਾਂ ਥੋੜ੍ਹਾ ਜਿਹਾ ਹੁਣ ਲੇਟ ਹੋ ਰਹੇ ਹਾਂ। ਜਿਹੜਾ ਸਟੂਡੈਂਟ ਜੁਲਾਈ ਲਈ ਬਿਲਕੁਲ ਤਿਆਰ ਹੈ, ਜਿਹਦੀ ਆਇਲਸ ਵੀ ਰੈਡੀ ਹੈ, ਔਰ ਸਭ ਤੋਂ ਵੱਡੀ ਗੱਲ ਹੈ ਦੀ ਆਫਰ ਲੈਟਰ ਅਪਲਾਈ ਕਰਨ ਲਈ ਆਪਾਂ ਨੂੰ ਆਇਲਸ ਦੀ ਲੋੜ ਨਹੀਂ ਹੁੰਦੀ, ਵਿਦਆਊਟ ਆਇਲਸ ਵੀ ਆਸਟ੍ਰੇਲੀਆ ਜਾਇਆ ਜਾ ਸਕਦਾ ਹੈ। ਆਸਟ੍ਰੇਲੀਆ ਦੀ ਕੁਝ ਯੂਨੀਵਰਸਿਟੀਜ਼ ਜਿਹੜੀਆਂ ਹੈਗੀਆਂ ਨੇ, ਬੱਚਾ ਅਗਰ ਇੱਥੇ ਗ੍ਰੈਜੂਏਟ ਹੈਗਾ ਕਿਸੇ ਕੈਟਾਗਰੀ ਇੱਕ ਕਲਾਸ ਯੂਨੀਵਰਸਿਟੀ ਤੋਂ, ਤਾਂ ਉਹ ਬਗੈਰ ਆਇਲਸ ਵੀ ਫਾਈਲ ਨੂੰ ਲਗਾ ਸਕਦਾ ਹੈ। ਔਰ ਜਿਹੜੇ ਬੱਚੇ 12th ਪਾਸ ਨੇ, ਰੀਸੈਂਟ ਕੀਤੀ ਹੈਗੀ ਹੈ ਜਾਂ ਅਗਲੇ ਸਾਲ 2+2 ਕਰਨਗੇ, ਉਹ ਆਪਣਾ ਮਨ ਬਣਾ ਲੈਣ ਵੀ ਅੱਛੇ ਗ੍ਰੇਡਸ ਨਾਲ ਉਹਨਾਂ ਨੇ ਆਇਲਸ ਕਰਨੀ ਹੈਗੀ। ਸਰ, ਅਸੀਂ ਸਮਾਂ ਬਚਾਉਣਾ ਚਾਹੁੰਦੇ ਹਾਂ, ਜਿਹੜੇ ਸਟੂਡੈਂਟਸ ਹੁਣੇ ਪਾਸ ਆਊਟ ਹੋਏ ਨੇ 10+2 ਵਾਲੇ, ਪਹਿਲਾਂ ਮੈਂ ਉਹਨਾਂ 'ਤੇ ਹੀ ਫੋਕਸ ਕਰਦੀ ਹਾਂ, ਕਿ ਵਿਦਆਊਟ ਆਇਲਸ ਉਹ ਜਾ ਸਕਦੇ ਨੇ ਆਸਟ੍ਰੇਲੀਆ? ਨਹੀਂ ਮੈਮ, ਉਹਨਾਂ ਨੂੰ ਆਇਲਸ ਕਰਨੀ ਪਏਗੀ, ਜਾਂ ਬਹੁਤ ਕੋਈ ਪਾਰ ਐਕਸਲੈਂਟ ਬੱਚਾ ਹੋਵੇ ਜਿਹਦੀ ਪਰਸੈਂਟੇਜ 80% ਤੋਂ ਅਬਵ ਹੋਵੇ, ਉਹਨੂੰ ਆਪਾਂ ਪਿਚ ਕਰ ਸਕਦੇ ਹਾਂ ਵਿਦਆਊਟ ਆਇਲਸ। ਪਰ ਮੇਰੀ ਕੋਸ਼ਿਸ਼ ਇਹ ਹੈ ਕਿ ਆਪਾਂ ਇੱਕ ਉਹ ਖਾਬ ਦਿਖਾਈਏ ਜਿਹੜਾ ਪੂਰਾ ਹੋ ਸਕਦਾ ਹੋਵੇ, ਤਾਂ ਬੱਚਾ ਆਇਲਸ ਕਰਕੇ ਹੀ ਸਾਡੇ ਕੋਲ ਆਵੇ ਜਾਂ ਸਾਡੇ ਕੋਲ ਆ ਕੇ ਵੀ ਆਇਲਸ ਕਰ ਸਕਦਾ ਹੈ। ਵਿਦਆਊਟ ਆਇਲਸ ਸਿਰਫ ਅਸੀਂ ਉਹਦੀ ਕੰਡੀਸ਼ਨਲ ਆਫਰ ਲੈਟਰ ਅਪਲਾਈ ਕਰ ਸਕਦੇ ਹਾਂ। ਇੱਥੇ ਮੈਂ ਦਰਸ਼ਕਾਂ ਨੂੰ ਜ਼ਰੂਰ ਦੱਸਣਾ ਚਾਹੂੰਗੀ ਕਿ ਮਿਸਟਰ ਪਰਮਿੰਦਰ ਸਿੰਘ ਜੀ ਵੱਲੋਂ ਕਾਫੀ ਸਾਰੀਆਂ ਸਰਵਿਸਿਜ਼ ਅੰਡਰ 1 roof ਦਿੱਤੀਆਂ ਜਾਂਦੀਆਂ ਨੇ। ਜਿੱਥੇ ਤੁਹਾਡੀ ਫਾਈਲਿੰਗ ਕਰਾਈ ਜਾਂਦੀ ਹੈ ਉੱਥੇ ਆਇਲਸ ਦੇ ਲਈ ਵੀ ਹੈਲਪ ਕੀਤੀ ਜਾਂਦੀ ਹੈ। ਜੇਕਰ ਤੁਸੀਂ ਫਾਈਲ ਇਹਨਾਂ ਤੋਂ ਲਵਾਉਣੀ ਹੈ ਤਾਂ ਮੇਰੇ ਖਿਆਲ 'ਚ ਆਇਲਸ ਦੇ ਕੋਈ ਚਾਰਜਸ ਹੈ ਜਿਹੜੇ ਉਹ ਨਹੀਂ ਲਏ ਜਾਂਦੇ? ਬਿਲਕੁਲ ਜੀ, ਜਿਹੜੇ ਬੱਚੇ ਸਾਡੇ ਤੋਂ ਫਾਈਲ ਲਵਾ ਰਹੇ ਉਹਨਾਂ ਲਈ ਵੇਵਰ ਹੈ, ਉਹਦੇ ਤੋਂ ਅਸੀਂ ਆਇਲਸ ਦੀ ਕੋਚਿੰਗ ਚਾਰਜਸ ਨਹੀਂ ਲੈ ਰਹੇ ਜੀ। ਹੁਣ ਜੇਕਰ ਤੁਹਾਨੂੰ ਕੋਈ ਮਿਲਣਾ ਚਾਹੇ ਤਾਂ ਟਾਈਮਿੰਗਸ ਕੀ ਰਹਿਣਗੀਆਂ, ਕਿਉਂਕਿ ਨੰਬਰ ਜੋ ਡਿਸਪਲੇ ਹੋ ਰਿਹਾ ਉਸ 'ਤੇ ਕਾਲ ਤਾਂ ਕਰ ਹੀ ਲੈਣਗੇ ਸਾਰੇ, ਪਰ ਗੱਲਬਾਤ ਕਈ ਵਾਰੀ ਹੁੰਦੀ ਹੈ ਕਿ ਅਸੀਂ ਟੇਬਲ 'ਤੇ ਕਰੀਏ, ਕਿਉਂਕਿ ਕਈ ਵਾਰੀ ਆਸਟ੍ਰੇਲੀਆ ਦੀ ਜਦੋਂ ਗੱਲ ਆਉਂਦੀ ਹੈ ਉਹਦੇ ਨਾਲ ਫੰਡਿੰਗ ਦੀ ਗੱਲ ਵੀ ਆਉਂਦੀ ਹੈ। ਜਦੋਂ ਫੰਡਿੰਗ ਦੀ ਗੱਲ ਆਉਂਦੀ ਹੈ ਉਦੋਂ ਬੜੇ ਸਾਰੇ ਨੇ ਜਿਹੜੇ ਉਹ ਨੌਕਰੀ ਪੇਸ਼ਾ ਨਹੀਂ ਹੁੰਦੇ, ਕੋਈ ਐਗਰੀਕਲਚਰਿਸਟ ਹੁੰਦਾ ਜਾਂ ਫਿਰ ਕੋਈ ਦੁਕਾਨਦਾਰ ਹੁੰਦਾ ਜਾਂ ਫਿਰ ਕੋਈ ਬਿਜ਼ਨਸਮੈਨ ਹੁੰਦਾ, ਤਾਂ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਜਿਹੜੀ ਫੰਡ ਦੀ ਗੱਲ ਆ ਉਹ ਪ੍ਰੋਪਰ ਤਰੀਕੇ ਨਾਲ ਸਮਝੇ ਜਾਣ, ਇਨ ਟਾਈਮ ਉਹ ਰੈਡੀ ਹੋਣ, ਕਿੰਨੇ ਕਿੰਨੇ ਕਿੱਥੇ ਸ਼ੋਅ ਕਰਨੇ ਆ, ਇਹਦੀ ਕਲੈਰਿਟੀ ਜਿੰਨੀ ਕੁ ਤਾਂ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਨੂੰ ਦੇ ਸਕਦੇ ਹੋ ਉਹ ਵੀ ਵਧੀਆ, ਅਤੇ ਇਸ ਤੋਂ ਇਲਾਵਾ ਸਾਨੂੰ ਪਤਾ ਹੈ ਜਿਹੜਾ ਉਹ ਇੱਕ ਵਾਰੀ ਆਪਣੀ ਜ਼ੁਬਾਨ ਨਾਲ ਸਾਂਝਾ ਕਰਦੇ ਹੋਏ ਇਹ ਦੱਸ ਦਿਓ ਕਿ ਕਦੋਂ ਤੁਹਾਨੂੰ ਮਿਲਣ ਆ ਸਕਦੇ ਹਾਂ? ਬਿਲਕੁਲ ਜੀ, ਮੈਨੂੰ ਮੰਡੇ ਟੂ ਫਰਾਈਡੇ ਕਿਸੇ ਵੀ ਵਰਕਿੰਗ ਡੇ ਵਾਲੇ ਦਿਨ ਮਿਲਣ ਆ ਸਕਦੇ ਨੇ ਜੀ। ਮਤਲਬ ਮੰਡੇ ਤੋਂ ਲੈ ਕੇ ਫਰਾਈਡੇ ਤੱਕ, ਮਤਲਬ ਮੰਡੇ, ਟਿਊਜ਼ਡੇ, ਵੈਨਸਡੇ, ਥਰਸਡੇ, ਫਰਾਈਡੇ, ਇਹ 5 ਦਿਨ ਮੈਨੂੰ ਬਠਿੰਡਾ ਵਾਲੇ ਆਫਿਸ ਵਿੱਚ ਮਿਲਿਆ ਜਾ ਸਕਦਾ ਹੈ। ਬਠਿੰਡਾ ਵਾਲੇ ਆਫਿਸ ਦਾ ਜਿਹੜਾ ਪਤਾ ਹੈ ਉਹ ਆਪਾਂ ਇੱਕ ਵਾਰੀ ਦਰਸ਼ਕਾਂ ਦੇ ਨਾਲ ਸਾਂਝਾ ਕਰਨਾ ਚਾਹਾਂਗੇ। ਬਿਲਕੁਲ ਜੀ, ਜਿਹੜਾ ਸਾਡਾ ਆਫਿਸ ਅਜੀਤ ਰੋਡ 'ਤੇ ਹੈ, ਸਟਰੀਟ ਨੰਬਰ 11 ਦੀ ਕਾਰਨਰ ਬਿਲਡਿੰਗ, ਫਸਟ ਫਲੋਰ, ਮਤਲਬ ਗਲੀ ਨੰਬਰ 11 ਹੈਗੀ ਹੈ ਅਜੀਤ ਰੋਡ 'ਤੇ, ਜੋ ਕਿ ਬਠਿੰਡਾ ਦੇ ਵਿੱਚ ਹੈ। ਜਿਹਨੇ ਮੇਰੇ ਕੋਲ ਆਉਣਾ ਹੈ ਉਹ ਇੱਕ ਵਾਰ ਕਾਲ ਕਰਕੇ ਅਗਰ ਉਹ ਮੈਨੂੰ ਮਿਲਣਾ ਚਾਹੁੰਦਾ। ਪਰ ਮੈਮ, ਸਾਡੇ ਕੋਲ ਟੀਮ ਜਿਹੜੀ ਆਫਿਸ ਦੇ ਵਿੱਚ ਹੈ ਉਹ ਵੀ ਇੱਕ ਪਾਰ ਐਕਸਲੈਂਟ ਟੀਮ ਹੈਗੀ ਹੈ ਜੀ। ਸੋ ਅਗਰ 300 ਵੀਜ਼ਾ ਲਏ ਤਾਂ ਉਹ ਟੀਮ ਨਹੀਂ ਲਏ, ਟੀਮ ਨੇ ਲਏ ਨਹੀਂ, ਇਹ ਪੱਕਾ। ਤਾਂ ਜ਼ਰੂਰੀ ਨਾ, ਇਹ ਨਾ ਸੋਚੋ ਕਿ ਅਸੀਂ ਪਰਮਿੰਦਰ ਨੂੰ ਹੀ ਮਿਲਣ ਜਾ ਰਹੇ ਹਾਂ। ਅਸੈਸਮੈਂਟ ਲੈਵਲ 'ਤੇ ਉਹ ਮੈਨੇਜਰ ਨੂੰ ਵੀ ਮਿਲ ਸਕਦੇ ਨੇ, ਕਾਉਂਸਲਰਸ ਨੂੰ ਵੀ ਮਿਲ ਸਕਦੇ ਨੇ। ਵੀ ਹੈਵ 7-8 ਮੈਂਬਰਸ ਆਫ ਆਰ ਟੀਮ, ਸੋ ਮੈਂਬਰ ਸਾਰੇ ਇਕੁਅਲੈਂਟ ਨੇ, ਸਾਰੇ ਉਹ ਜੱਜ ਕਰ ਸਕਦੇ ਆ ਫਾਈਲ ਨੂੰ। ਸਰ, ਬਟ ਦ ਕੁਐਸਚਨ ਇਜ਼ ਅਬਾਊਟ ਫੰਡਿੰਗ। ਬਿਲਕੁਲ ਜੀ, ਫੰਡਿੰਗ ਜਿਹੜੀ, ਅਗਰ ਉਹ ਬੱਚਾ ਬਾਹਰ ਜਾ ਰਿਹਾ ਆਸਟ੍ਰੇਲੀਆ, ਤਾਂ ਉਹਨੂੰ 3 months ਓਲਡ ਚਾਹੀਦੇ ਹੈ, ਔਰ ਐਨੂਅਲ ਇਨਕਮ ਪਰੂਫ ਵੀ ਘਰ ਦਾ 8-10 ਲੱਖ ਰੁਪਏ ਚਾਹੀਦਾ। ਸੋ ਟਾਈਮ ਸਿਰ ਆਪਣੀ ITRs ਫਿਲ ਅਪ ਕੀਤੀਆਂ ਹੋਣ, ਚਾਹੇ ਉਹ ਐਗਰੀਕਲਚਰਿਸਟ ਕਿਉਂ ਨਾ ਹੋਵੇ, ਇਨਕਮ ਟੈਕਸ ਰਿਟਰਨਸ ਜ਼ਰੂਰ ਫਾਈਲ ਕਰੇ। ਸਰ, ਹੁਣ ਸਵਾਲ ਇਹ ਪੈਦਾ ਹੋ ਜਾਂਦਾ, ਮੰਨ ਲਓ ਕਿ ਮੇਰੇ ਅਕਾਊਂਟ ਦੇ ਵਿੱਚ ਅੱਜ 20-30 ਲੱਖ ਰੁਪਇਆ ਨਹੀਂ ਹੈਗਾ 3 ਮਹੀਨੇ ਪੁਰਾਣਾ, ਪਰ ਟ੍ਰਾਂਜੈਕਸ਼ਨਸ ਇੰਨੀਆਂ ਹੁੰਦੀਆਂ ਕਿ ਮੇਰੀ 50 ਲੱਖ ਦਾ ਬਿਜ਼ਨਸ ਚੱਲਦਾ, ਕੀ ਮੇਰੇ ਵਰਗੇ ਦਾ ਸਟੂਡੈਂਟ ਫਿਰ ਬਾਹਰ ਜਾ ਸਕਦਾ, ਬੱਚਾ ਬਾਹਰ ਜਾ ਸਕਦਾ ਜਿਹਦੇ ਕੋਲ ਫੰਡ ਨਹੀਂ ਪਏ ਪੁਰਾਣੇ 3 months ਓਲਡ, ਬਟ ਉਹਦੀ ਜਿਹੜੀ ਆਈ ਗਵਾਈ ਹੈ, ਜੋ ਹੈ ਪੈਸਾ ਆਉਂਦਾ ਜਾਂਦਾ, ਉਹ ਕਿਤੇ ਜ਼ਿਆਦਾ ਉਸ ਤੋਂ ਡਬਲ ਹੈ? ਫਿਰ ਤਾਂ ਮੈਮ ਉਹਨੂੰ ਬੈਂਕ ਲੋਨ ਮਿਲ ਜਾਏਗਾ, ਕਿਉਂਕਿ ਉਹਦੀ ਟ੍ਰਾਂਜੈਕਸ਼ਨਸ ਦੇਖ ਕੇ ਬੈਂਕ ਵੀ ਉਹਦੇ ਨਾਲ ਖੜਾ ਹੋਏਗਾ। ਤਾਂ ਬੈਂਕ ਲੋਨ ਦੇ ਵਿੱਚ 3 months ਓਲਡ ਦੀ ਲੋੜ ਹੀ ਨਹੀਂ, ਆਫਰ ਲੈਟਰ ਅਪਲਾਈ ਕਰੇਗਾ, ਉਸ ਤੋਂ ਬਾਅਦ ਆਪਾਂ ਬੈਂਕ ਲੋਨ ਦੀ ਲੈਟਰ ਲਗਾ ਕੇ ਅਤੇ ਉਹਦਾ ਵੀਜ਼ਾ ਲੈ ਲਾਂਗੇ। ਸਰ, ਹੁਣ ਜੇਕਰ ਸਾਡੇ ਕੋਲ ਜ਼ਮੀਨ ਹੈ, ਅਸੀਂ ਬੱਚਾ ਭੇਜਣਾ ਚਾਹੁੰਦੇ ਹਾਂ, ਪਰ ਸਾਡੇ ਕੋਲ ਕੋਈ ਹੋਰ ਸੋਰਸ ਆਫ ਇਨਕਮ ਹੈ ਨਹੀਂਗਾ, ਤਾਂ ਉਹ ਇੱਕ ਫਾਰਮਰ, ਇੱਕ ਐਗਰੀਕਲਚਰਿਸਟ, ਇੱਕ ਕਿਸਾਨ ਆਪਣਾ ਬੱਚਾ ਕਿਵੇਂ ਬਾਹਰ ਭੇਜੂਗਾ ਆਸਟ੍ਰੇਲੀਆ 'ਚ? ਉਹਦੇ ਵਿੱਚ ਵੀ ਸੇਮ ਚੀਜ਼ ਉਹਨੂੰ ਕਰਨੀ ਪਏਗੀ, ਜਾਂ ਤਾਂ ਬੈਂਕ ਲੋਨ ਲਏਗਾ, ਠੀਕ ਹੈ, ਜਾਂ ਫਿਰ ਸਾਡੇ ਕੋਲ ਆ ਕੇ ਉਹ ਯੂਨੀਵਰਸਿਟੀ ਵਿੱਚ ਪਿਚ ਕਰੇਗਾ ਜਿੱਥੇ ਫੰਡਸ ਦੇਖੇ ਹੀ ਨਹੀਂ ਜਾਂਦੇ। ਕਈ ਕਿਸਮ ਦੀਆਂ ਯੂਨੀਵਰਸਿਟੀਜ਼ ਨੇ, ਤੁਹਾਡਾ ਕਹਿਣ ਤੋਂ ਭਾਵ ਹੈ ਕੁਝ ਫੰਡਸ ਚੈੱਕ ਕਰਦੇ ਨੇ ਇੰਡੀਅਨ ਸਟੂਡੈਂਟਸ ਦੇ ਅਤੇ ਕੁਝ ਫੰਡਸ ਨਹੀਂ ਚੈੱਕ ਕਰਦੇ? ਬਿਲਕੁਲ ਜੀ, ਕੁਝ ਯੂਨੀਵਰਸਿਟੀਜ਼ ਫੰਡਸ ਚੈੱਕ ਕਰਦੀਆਂ
एनुअल इनकम प्रूफ देख के ही सोच लेंदियां ने कि अगले साल की फीस सिक्योर है। बेसिकली फंड्स क्यों चेक किए जाते हैं कि बच्चा पढ़े, पढ़ाई वाल ध्यान देवे, जांदिया सर ये ना सोचे कि मैं कम कर लाँगा, पैसे कमा लाँगा, डॉलर कमा लाँगा और मेन टाइम फिर उसकी अपनी फीस नहीं भरी जाती, तो उन्हें हैल्प तो घरदियां तो ही लैनी है। जी बिल्कुल, तो फंडिंग भी चाहिए है, पर नाल एक जी ऑस्ट्रेलिया की खासियत तो यह हैगी है कि थोड़ा जहा फंड वधा दिए तो एक जना भी वधा सकते हैं, असं स्पाउस भी जा सकता जी। बिल्कुल जी, स्पाउस कोई बिल्कुल स्पाउस वीजा सपोर्ट करता है ऑस्ट्रेलिया, जिहड़ा स्पाउस वीजा अपलाई करना चाहता है वो मोस्ट वेलकम जी। ਤਾਂ ਸਰ ਕੀ ਉਹਦੇ ਵਿੱਚ ਕੋਈ ਗੈਪ ਰਹਿੰਦਾ ਹੈ ਕਿ ਜਿਹੜਾ ਮੇਨ ਐਪਲੀਕੈਂਟ ਹੈ ਅਤੇ ਜਿਹੜਾ ਬਾਅਦ ਦੇ ਵਿੱਚ ਉਸਦੇ ਸਪਾਊਸ ਨੇ ਜਾਣਾ ਹੈ ਤਾਂ ਉਹਦਾ ਇੱਕ ਦਾ ਪਹਿਲਾਂ ਵੀਜ਼ਾ ਆਉਂਦਾ ਹੈ ਜਾਂ ਇੱਕ ਦਾ ਬਾਅਦ 'ਚ ਆਉਂਦਾ, ਕੋਈ ਇਸ ਤਰ੍ਹਾਂ ਦਾ ਪ੍ਰੋਸੈਸ ਵੀ ਹੁੰਦਾ ਆਸਟ੍ਰੇਲੀਆ ਦੇ ਵਿੱਚ? ਬਿਲਕੁਲ ਜੀ, ਜਿਹੜਾ ਅਗਰ ਸਟੂਡੈਂਟ ਬਾਹਰ ਅੱਜ ਪੜ੍ਹ ਰਿਹਾ, ਅਗਰ ਉਹ ਇੰਡੀਆ ਆ ਕੇ ਵਿਆਹ ਕਰਵਾਉਂਦਾ ਹੈ ਔਰ ਆਪਣੇ ਸਪਾਊਸ ਨੂੰ ਇਨਵਾਈਟ ਕਰਦਾ ਤਾਂ ਉਹਦੇ ਸਪਾਊਸ ਦਾ ਡਿਪੈਂਡੈਂਟ ਵੀਜ਼ਾ ਅਪਲਾਈ ਹੁੰਦਾ ਹੈ ਜਿਹਨੂੰ ਫੁੱਲ ਵਰਕਿੰਗ ਰਾਈਟਸ ਹੁੰਦੇ ਹੈ। 3 to 4 ਮੰਥਸ ਦੇ ਵਿੱਚ ਇਹ ਵੀਜ਼ਾ ਹਾਈ ਕਮਿਸ਼ਨ ਉਹਨੂੰ ਦੇ ਦਿੰਦੀ ਹੈ, ਹਸਬੈਂਡ ਆਪਣੀ ਵਾਈਫ ਨੂੰ ਜਾਂ ਵਾਈਫ ਆਪਣੇ ਹਸਬੈਂਡ ਨੂੰ ਉੱਥੇ ਜਾ ਕੇ ਮਿਲ ਲੈਂਦਾ ਹੈ, ਰਹਿ ਵੀ ਸਕਦਾ ਹੈ ਔਰ ਜਦ ਤੱਕ ਉਹਦਾ ਵੀਜ਼ਾ ਲੱਗਦਾ ਹੈ ਉਹ ਜਿੰਨੀ ਦੇਰ ਦਾ ਉਹਦੀ ਵਾਈਫ ਦਾ ਜਾਂ ਹਸਬੈਂਡ ਦਾ ਵੀਜ਼ਾ ਹੁੰਦਾ ਉਹਨਾਂ ਲੰਬਾ ਵੀਜ਼ਾ ਵੀ ਉਹਨੂੰ ਮਿਲ ਜਾਂਦਾ। ਠੀਕ ਹੈ ਜੀ, ਹਰ ਘਰ ਦੀ ਕਹਾਣੀ ਦਰਸ਼ਕੋ ਅਲੱਗ ਹੈ, ਆਪਾਂ ਨੂੰ ਸਾਰਿਆਂ ਨੂੰ ਪਤਾ ਹੈ। ਤਾਂ ਫਿਰ ਸੋਚਦੇ ਕੀ ਹੋ ਤੁਸੀਂ, ਆਪਣਾ ਮੋਬਾਈਲ ਫੋਨ ਚੱਕੋ ਅਤੇ ਡਾਇਲ ਕਰੋ ਮਿਸਟਰ ਪਰਮਿੰਦਰ ਸਿੰਘ ਜੀ ਨੂੰ 85 579 85 579 79, ਅਤੇ ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰਕੇ ਇਹਨਾਂ ਤੋਂ ਜਾਣਕਾਰੀ ਹੈ ਜਿਹੜੀ ਉਹ ਆਪਣੇ ਅਨੁਸਾਰ ਲੈ ਲਓ, ਕਿਉਂਕਿ ਕਿਸੇ ਨੇ ਗ੍ਰੈਜੂਏਸ਼ਨ ਤੋਂ ਬਾਅਦ ਬਾਹਰ ਜਾਣਾ, ਕਿਸੇ ਨੇ ਮਾਸਟਰਸ ਕਰਨ ਤੋਂ ਬਾਅਦ ਬਾਹਰ ਜਾਣਾ, ਜਾਂ ਫਿਰ ਕਿਸੇ ਨੇ 10+2 ਤੋਂ ਬਾਅਦ ਬਾਹਰ ਜਾਣਾ, ਅਤੇ ਖਾਸ ਤੌਰ 'ਤੇ ਗੱਲ ਆਸਟ੍ਰੇਲੀਆ ਦੀ ਚੱਲ ਰਹੀ ਹੈ, ਇਨਟੇਕਸ ਦੀ ਗੱਲ ਕੀਤੀ ਹੈ, ਹਲੇ ਇਹ ਸਾਲ ਸੰਭਾਲਿਆ ਜਾ ਸਕਦਾ, ਨਵੰਬਰ ਇਨਟੇਕ ਦੀ ਗੱਲ ਕਰ ਦਿੱਤੀ ਹੈ, ਸਾਰਿਆਂ ਨੂੰ ਮਿਲ ਜਾਣੀਆਂ ਸੀਟਸ ਨਵੰਬਰ? ਬਿਲਕੁਲ ਜੀ, ਇਨਟੇਕਸ ਵੀ ਮਿਲ ਜਾਣੇ ਆ, ਪਲੱਸ ਮੈਂ ਇਹਨਾਂ ਨੂੰ ਐਂਟਰੀ ਰਿਕੁਆਇਰਮੈਂਟਸ ਆਇਲਸ ਦੀਆਂ ਵੀ ਦੱਸ ਦਵਾਂ ਜੀ। ਜਿਹੜਾ ਬੱਚਾ ਅੱਜ +2 ਕਰ ਰਿਹਾ, ਅਗਰ ਉਹ 4 ਈਅਰ ਦੇ ਕੋਈ ਇੰਜੀਨੀਅਰਿੰਗ ਕੋਰਸ ਵਿੱਚ ਜਾਣਾ ਚਾਹੁੰਦਾ ਜਾਂ ਕੋਈ ਮੈਡੀਕਲ ਲਾਈਨ ਦਾ ਬੱਚਾ, ਉਹਨਾਂ ਨੂੰ 6 in each ਜਾਂ 6.5 ਦੀ ਬੈਂਡ ਰਿਕੁਆਇਰਮੈਂਟ ਹੈ। ਠੀਕ ਹੈ। ਪਰ ਜਿਹੜਾ ਬੱਚਾ ਕਾਮਰਸ ਲਾਈਨ ਦਾ ਹੈਗਾ ਜਾਂ 3 ਈਅਰ ਦੇ ਬੈਚਲਰ ਡਿਗਰੀ ਲਈ ਜਾਣਾ ਚਾਹੁੰਦਾ, ਉਹਨੂੰ 6 ਬੈਂਡ ਚਾਹੀਦੇ ਓਵਰਆਲ ਔਰ ਨੋ ਲੈਸ ਦੈਨ 5.5, ਉਹਨਾਂ ਦਾ ਵੀਜ਼ਾ ਅਪਲਾਈ ਈਜ਼ੀਲੀ ਤਰੀਕੇ ਨਾਲ ਅਪਲਾਈ ਹੋ ਜਾਏਗਾ। ਔਰ ਜਿਨ੍ਹਾਂ ਦੀ ਬੈਂਡ ਸਕੋਰਿੰਗ ਘੱਟ ਵੀ ਰਹਿ ਜਾਂਦੀ ਹੈ ਉਹਨਾਂ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਹੈਗੀ, ਉਹਨਾਂ ਦਾ ਉੱਥੇ ਜਾ ਕੇ ਉਹ ਇੰਗਲਿਸ਼ ਪੜ੍ਹ ਸਕਦਾ, ਤਾਂ ਪਹਿਲੇ ਉਹਨੂੰ ਇੰਗਲਿਸ਼ ਦਾ ਪ੍ਰੋਗਰਾਮ ਲੱਗ ਜਾਏਗਾ ਜਿਹਨੂੰ ਆਪਾਂ ਐਲੀਕੋਸ ਕਹਿੰਦੇ ਹਾਂ। ਠੀਕ ਹੈ ਜੀ, ਅਤੇ ਉਸਦਾ ਕੋਈ ਅਲੱਗ ਤੋਂ ਖਰਚਾ? ਬਿਲਕੁਲ ਜੀ, $350 to $400 ਪਰ ਵੀਕ ਹੈ, 10 weeks ਦੇ ਵਿੱਚ ਉਹਨਾਂ ਨੂੰ 2.5 lakh ਦਾ ਖਰਚਾ ਐਡ ਆਨ ਹੋ ਜਾਏਗਾ। ਲੇਕਿਨ ਐਟਲੀਸਟ ਜਿਹੜਾ ਫਾਦਰ ਜਾਂ ਜਿਹੜੇ ਪੇਰੈਂਟਸ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ ਉਹ ਆਪਣਾ ਬਜਟ ਲੈ ਕੇ ਚੱਲਣ, ਵੀ ਅਗਰ ਆਪਾਂ ਆਸਟ੍ਰੇਲੀਆ ਪਲਾਨ ਕਰ ਰਹੇ ਹਾਂ ਤਾਂ 8 to 12 lakh ਦੇ ਵਿੱਚ ਬੱਚੇ ਨੂੰ ਬਾਹਰ ਭੇਜਿਆ ਜਾ ਸਕਦਾ। ਪਰ ਉਹ 1 semester ਦਾ ਖਰਚਾ ਹੋਊਗਾ? ਮੈਮ 1 semester ਪਲੱਸ ਉਹਦਾ ਟਰੈਵਲ ਕੋਸਟ ਵੀ ਹੋਏਗਾ, ਉਹਦੇ ਵਿਚਕਾਰ ਉਹ ਡਾਲਰ ਨਾਲ ਵੀ ਲੈ ਕੇ ਜਾਏਗਾ, ਸ਼ਾਪਿੰਗ ਵੀ ਕਰੇਗਾ। ਠੀਕ ਹੈ। ਵੀਜ਼ਾ ਆਉਣ ਤੋਂ ਬਾਅਦ ਤਾਂ ਕਈ ਖਰਚੇ ਹੋਰ ਵੱਧ ਜਾਂਦੇ, ਬਲਕਿ ਸਰ ਮੈਂ ਤਾਂ ਇਹੀ ਚਾਹਾਂਗਾ ਪਹਿਲੇ ਆਪਣਾ ਵੀਜ਼ਾ ਪ੍ਰੋਸੈਸ ਪਿਨੈਕਲ ਦੀ ਟੀਮ ਕੋਲ ਆ ਕੇ ਆਪਣਾ ਵੀਜ਼ਾ ਪ੍ਰੋਸੈਸ ਸ਼ੁਰੂ ਕਰਵਾਉਣ, ਆਪਣੀ ਫਾਈਲ ਨੂੰ ਅਸੈਸ ਕਰਵਾਉਣ ਔਰ ਫਿਰ ਆਪਾਂ ਉਹਨੂੰ ਵੀਜ਼ਾ ਲੈਣ ਤੋਂ ਬਾਅਦ ਦੀਆਂ ਜਿਹੜੀਆਂ ਫਾਰਮੈਲਿਟੀਜ਼ ਨੇ ਉਹ ਵੀ ਪੂਰੀਆਂ ਕਰੀਏ। ਸਰ ਬਾਕੀ ਫਿਰ ਸਾਰਿਆਂ ਕੋਲ ਇੱਕ ਸਹੂਲੀਅਤ ਹੈਗੀ ਹੈ, ਜਿਹੜਾ ਡਿਸਪਲੇਡ ਨੰਬਰ ਹੈ ਉਸ 'ਤੇ ਮਿਸ ਕਾਲ ਕੀਤੀ ਜਾ ਸਕਦੀ ਹੈ 8557975579 ਦੇ ਉੱਤੇ, 8557985579। ਵੈਸੇ ਮੇਰੇ ਤਾਂ ਜੀ ਜ਼ਬਾਨੀ ਯਾਦ ਹੈ ਇਹ 85 579 85 579। ਮਿਸਟਰ ਪਰਮਿੰਦਰ ਸਿੰਘ ਜੀ ਦਰਸ਼ਕਾਂ ਦੀ ਖਿਦਮਤ 'ਚ 24/7 ਹਾਜ਼ਰ ਨੇ, ਕਿਉਂਕਿ ਜਿਹੜੇ ਸਟੂਡੈਂਟਸ ਨੇ ਬੱਚੇ ਨੇ ਉਹ ਸਭ ਦੇ ਸਾਂਝੇ ਹੁੰਦੇ ਨੇ, ਅਤੇ ਖਾਸ ਤੌਰ 'ਤੇ ਆਸਟ੍ਰੇਲੀਆ ਦੀ ਅੱਜ ਗੱਲ ਚੱਲੀ ਸੀ, ਤਾਂ ਇਸ ਦੇ ਵਿੱਚ ਤਾਂ ਤੁਸੀਂ ਕਪਲ ਨੂੰ ਵੀ ਬਾਹਰ ਭੇਜ ਰਹੇ ਹੋ, ਉਹ ਵੀ ਬਹੁਤ ਵਧੀਆ ਗੱਲ ਹੈ। ਔਰ ਮੈਨੂੰ ਇਉਂ ਲੱਗਦਾ ਕਿ ਜਿਵੇਂ ਕੈਨੇਡਾ ਦੇ ਵਿੱਚ ਖਰਚਾ ਘੱਟ ਹੁੰਦਾ ਤਾਂ ਜ਼ਿਆਦਾ ਤਰਜੀਹ ਕੈਨੇਡਾ ਨੂੰ ਦੇ ਰਹੇ ਨੇ ਸਟੂਡੈਂਟਸ, ਪਰ ਜਿਹੜੀ ਕਰੀਮ ਹੈ ਉਹ ਆਸਟ੍ਰੇਲੀਆ ਵੱਲ ਨੂੰ ਮੋਲਡ ਹੋ ਕੇ ਜਾ ਰਹੀ ਹੈ, ਵਾਕਈ ਮੈਂ ਸਹੀ ਹਾਂ ਜਾਂ ਮੈਂ ਗਲਤ ਹਾਂ, ਇਹ ਤੁਸੀਂ ਦੱਸ ਸਕਦੇ ਹੋ? ਦੇਖੋ ਜੀ, ਜਿਹੜਾ ਸਟੂਡੈਂਟ ਦਾ ਕੋਈ ਰਿਲੇਟਿਵ ਬਾਹਰ ਆਸਟ੍ਰੇਲੀਆ ਰਹਿੰਦਾ, ਉਹਦਾ ਤਾਂ ਫਸਟ ਪ੍ਰੈਫਰੈਂਸ ਤਾਂ ਆਸਟ੍ਰੇਲੀਆ ਹੀ ਹੈ। ਠੀਕ ਹੈ ਜੀ। ਕਿਸੇ ਦੀ ਵੱਡੀ ਸਿਸਟਰ ਗਈ ਹੋਈ ਹੈ, ਕਿਸੇ ਦਾ ਬਚਪਨ ਦਾ ਦੋਸਤ ਗਿਆ ਹੋਇਆ, ਕਿਸੇ ਦਾ ਭਰਾ ਗਿਆ ਹੋਇਆ ਜੀ, ਸੋ ਹੋਰ ਕਈਆਂ ਦੇ ਮਾਮੇ ਭੂਆ ਤਾਂ ਹੈਗੇ ਨੇ ਵੀ ਆ ਜਾਓ, ਪਰ ਮੇਰੀ ਖੁਆਇਸ਼ ਇਹ ਰਹਿੰਦੀ ਹੈ ਕਿ ਇੱਕ ਆਸਟ੍ਰੇਲੀਆ ਦੇ ਵਿੱਚ ਜਿਹੜੀ ਪੜ੍ਹਾਈ ਹੈ ਉਹ 3 ਸਾਲ ਦੀ ਪ੍ਰੋਪਰ ਬੈਚਲਰ ਹੈ ਜਾਂ 4 ਸਾਲ ਦੀ ਪ੍ਰੋਪਰ ਡਿਗਰੀ ਹੈ ਜਾਂ 2 ਸਾਲ ਦੀ ਪ੍ਰੋਪਰ ਮਾਸਟਰ ਹੈ, ਉਹ ਵੀ ਯੂਨੀਵਰਸਿਟੀ ਲੈਵਲ ਦੀ ਪੜ੍ਹਾਈ ਹੈ, ਤਾਂ ਬੱਚਿਓ ਅਗਰ ਤੁਸੀਂ ਪਲਾਨ ਬਣਾ ਰਹੇ ਹੋ ਜਾਂ ਵੱਡੇ ਬਜ਼ੁਰਗ ਤੁਹਾਡਾ ਪਲਾਨ ਕੈਰੀਅਰ ਬਣਾ ਰਹੇ ਆਸਟ੍ਰੇਲੀਆ ਦੇ ਵਿੱਚ, ਤਾਂ ਇੱਕ ਚੰਗਾ ਭਵਿੱਖ ਹੈ ਉੱਥੇ, ਪੋਸਟ ਸਟੱਡੀ ਵਰਕ ਪਰਮਿਟ ਵੀ ਤੁਹਾਨੂੰ ਮਿਲਦਾ 2 ਸਾਲ ਦਾ, ਉਸ ਤੋਂ ਬਾਅਦ ਆਕੂਪੇਸ਼ਨ ਲਿਸਟ ਦੇ ਵਿੱਚ ਅਗਰ ਤੁਹਾਡਾ ਜਿਹੜੀ ਤੁਹਾਡਾ ਕੋਰਸ ਸਿਲੈਕਸ਼ਨ ਹੈਗੀ ਹੈ ਤਾਂ ਉਹ ਸਿਲੈਕਸ਼ਨ ਜਿਹੜੀ ਹੈਗੀ ਹੈ ਉਹ ਬਹੁਤ ਮਸਟ ਹੈ, ਉਹ ਇੱਕ ਸਹੀ ਤਰੀਕੇ ਨਾਲ ਹੋਣੀ ਚਾਹੀਦੀ ਹੈ। ਅਤੇ ਆਖਿਰ ਦੇ ਵਿੱਚ ਮੈਂ ਥੋੜ੍ਹਾ ਜਿਹਾ ਐਡ ਕਰ ਦਿੰਦੀ ਹਾਂ ਜੀ ਕਿ ਪਿਨੈਕਲ ਵੱਲੋਂ ਬਹੁਤ ਸਾਰੇ ਸਟੂਡੈਂਟਸ ਨੇ ਜਿਹੜੇ ਆਲਰੇਡੀ ਆਸਟ੍ਰੇਲੀਆ ਦੇ ਵਿੱਚ ਭੇਜੇ ਜਾ ਚੁੱਕੇ ਨੇ, ਜੇਕਰ ਕਿਸੇ ਦਰਸ਼ਕ ਦਾ ਕੋਈ ਰਿਸ਼ਤੇਦਾਰ ਜਾਂ ਜਾਣ ਪਛਾਣ ਵਾਲਾ ਨਹੀਂ ਵੀ ਰਹਿੰਦਾ ਆਸਟ੍ਰੇਲੀਆ, ਤਾਂ ਮਿਸਟਰ ਪਰਮਿੰਦਰ ਸਿੰਘ ਜੀ ਬੈਠੇ ਨੇ ਜੀ, ਤੁਸੀਂ ਇਹਨਾਂ ਨੂੰ ਮਿਲੋ, ਪਹੁੰਚੋ ਅਜੀਤ ਰੋਡ 11 No. Street ਕਾਰਨਰ ਬਿਲਡਿੰਗ 1st floor ਪਿਨੈਕਲ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਕੰਸਲਟਿੰਗ ਪ੍ਰਾਈਵੇਟ ਲਿਮਿਟਿਡ।
ਬਠਿੰਡਾ। ਤਾਂ ਇਸੇ ਦੇ ਨਾਲ ਅੱਜ ਦਾ ਇਹ ਸਿਲਸਿਲਾ ਕਿਵੇਂ ਚਾਹੀਏ ਪਰਦੇਸ ਹੁਣ ਇੱਥੇ ਖਤਮ ਕਰਨ ਦੀ ਦਿਓ ਇਜਾਜ਼ਤ। ਨਾਲ ਹੀ ਬਹੁਤ ਬਹੁਤ ਧੰਨਵਾਦ ਮਿਸਟਰ ਪਰਮਿੰਦਰ ਸਿੰਘ ਜੀ, ਸਾਰੇ ਦਰਸ਼ਕਾਂ ਵੱਲੋਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।